ਸ੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮੂਹ ਨਗਰ ਨਿਵਾਸੀ, ਇੱਥੋਂ ਦੇ ਜਵਾਨ ਅਤੇ ਕਿਸਾਨ ਸਾਰੇ ਇਕੱਤਰ ਹੋ ਕੇ ਆਪਣੇ ਪਿੰਡ ਦੂੜੇ ਤੋਂ ਦਿੱਲੀ ਲਈ ਇੱਕ ਟਰੱਕ ਅਤੇ ਇੱਕ ਬੱਸ, ਜਿਹੜਾ ਕਿ 70 ਕਿਸਾਨਾਂ ਦਾ ਜਥਾ ਲੈ ਕੇ ਇੱਥੋਂ ਅਸੀਂ ਰਵਾਨਾ ਹੋਣ ਜਾ ਰਹੇ ਹਾਂ। ਔਰ ਇਹਦੇ ਵਿੱਚ ਸਾਡੇ NRI ਭਰਾਵਾਂ ਦਾ ਵਿਸ਼ੇਸ਼ ਯੋਗਦਾਨ, ਜਿਨ੍ਹਾਂ ਨੇ ਵਡਮੁੱਲਾ ਯੋਗਦਾਨ ਪਾ ਕੇ ਸਾਰੀ ਸੰਗਤ ਨੂੰ ਹੁਲਾਰਾ ਦਿੱਤਾ। ਔਰ ਅਸੀਂ ਉੱਥੇ ਚੱਲ ਰਿਹਾ ਜੋ ਸੰਘਰਸ਼ ਆਪਣੇ 3 ਆਰਡੀਨੈਂਸ ਵਾਪਸ ਕਰਨ ਲਈ, ਉਹਦਾ ਸਮਰਥਨ ਕਰਨ ਲਈ ਇੱਥੋਂ ਆਪਣੇ ਪਿੰਡ ਦੂੜੇ ਤੋਂ ਦਿੱਲੀ ਲਈ ਇੱਕ ਬੱਸ ਅਤੇ ਇੱਕ ਟਰੱਕ ਰਾਹੀਂ ਇੱਥੋਂ ਹੁਣ ਰਵਾਨਾ ਹੋਣ ਜਾ ਰਹੇ ਹਾਂ। ਔਰ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਸਾਡੇ ਨਗਰ ਤੋਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਾਡੇ ਕਿਸਾਨ ਵੀਰ ਇਹੋ ਜਿਹੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਵਾਉਣ ਲਈ, ਹੱਕ ਸੱਚ ਲਈ ਆਵਾਜ਼ ਬੁਲੰਦ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ ਔਰ ਵੱਧ ਤੋਂ ਵੱਧ ਯੋਗਦਾਨ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।